जानी तैशी देख रहे सारे दर्शकों नूं मेरा संदीप शर्मा का नमस्कार। दोस्तों जिदा कि असी तुहाडे नाल वादा किया है तुहानूं समय समय डिफरेंट डिफरेंट अपडेट्स देंदे रहांगे, तो अज असी तुहाडे लई एक बड़ी वधिया अपडेट लैके आए हैं कि जिदे नाल तुहानूं इह दस रहे हैं कि हुण जिहड़ा बदलाव कित्थे कित्थे हो रहा है। हुण सरकारी दफ्तरां च भी बदलाव हो रहा है, तो किते ना किते तुहानूं दसीए जिहड़ा पोस्ट ऑफिस हैगा लुधियाना दा, जिहड़ा पोस्ट ऑफिस है वह भी अपग्रेड हो रहा है, तो उहदी भी एक नवीं लुक यानी कि ਜਿਹੜੇ ਉਹਨਾਂ ਦੇ ਇੰਪਲੋਈਜ਼ ਹੈ ਉਹ ਇੱਕ ਨਵੀਂ ਲੁੱਕ 'ਚ ਦਿਖਣਗੇ ਤੁਹਾਨੂੰ, ਤੇ ਕੋਈ ਵੱਡੀ ਗੱਲ ਨਹੀਂ। ਕੱਲ੍ਹ ਨੂੰ ਤੁਹਾਡੇ ਘਰ ਦੇ ਵਿੱਚ ਜਿਹੜਾ ਇੱਕ ਡਾਕੀਆ, ਮਤਲਬ ਜਿਹਨੂੰ ਕਿ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ, ਡਾਕੀਆ ਇੱਕ ਜਿਹੜਾ ਕਿ ਸਾਈਕਲ 'ਤੇ ਇੱਕ ਮੇਲ ਬੰਦਾ ਆਉਂਦਾ ਸੀ, ਅਤੇ ਹੁਣ ਦਕਸ਼ਿਣ ਭਾਰਤ ਦੇ ਤਰਜ਼ 'ਤੇ ਲੁਧਿਆਣਾ ਦੇ ਵਿੱਚ, ਪੰਜਾਬ ਦੇ ਵਿੱਚ, ਉੱਤਰ ਭਾਰਤ ਦੇ ਵਿੱਚ ਵੀ, ਜੀ ਹਾਂ ਤੁਹਾਡੇ ਆਪਣੇ ਸ਼ਹਿਰ ਲੁਧਿਆਣਾ ਦੇ ਵਿੱਚ ਵੀ ਜਿਹੜੇ ਡਾਕੀਆ ਹੈ ਉਹ ਮੇਲ ਨਹੀਂ ਇੱਕ ਲੜਕੀ, ਇੱਕ ਅਪਗ੍ਰੇਡ, ਇੱਕ ਹਾਈ ਸੁਸਾਇਟੀ ਜਾਂ ਇੱਕ ਪੜ੍ਹੀ ਲਿਖੀ ਅੱਜ ਦੀ ਨੌਜਵਾਨ ਲੜਕੀ ਵੀ ਹੋ ਸਕਦੀ ਹੈ। ਅਤੇ ਤੁਸੀਂ ਇਹ ਨਾ ਸੋਚੋ ਕਿ ਦੁਨੀਆ ਨਹੀਂ ਬਦਲ ਰਹੀ, ਦੁਨੀਆ ਬਹੁਤ ਬਦਲ ਰਹੀ ਹੈ, ਅਤੇ ਉਹਦੇ ਨਾਲ ਸਰਕਾਰੀ ਦਫ਼ਤਰ ਵੀ ਬਦਲ ਰਿਹਾ। ਅਤੇ ਅੱਜ ਇੱਦਾਂ ਹੀ ਅਸੀਂ ਤੁਹਾਨੂੰ ਇੱਕ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਯੁਵਾ ਡਾਕੀਆ ਨਾਲ ਮਿਲਾਉਣ ਜਾ ਰਹੇ ਹਾਂ। ਇਹ ਡਾਕੀਆ ਕੋਈ ਲੜਕਾ ਨਹੀਂ, ਇੱਕ ਲੜਕੀ ਹੈ। ਅਤੇ ਤੁਸੀਂ ਦੇਖੋ ਅੱਜ ਦੇ ਆਪਾਂ ਯੁਵਾ ਜਿੱਥੇ ਕਹਿੰਦੇ ਹਾਂ ਕਿ ਜਿਹੜੇ ਕਿ ਮਿਹਨਤ ਤੋਂ ਭੱਜਦੇ ਹੈ, ਅਤੇ ਡਾਕੀਆ ਜਿਹੜਾ ਕਿ ਇੱਕ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਆਪਣੀ ਡਾਕ ਦੇਣੀ ਹੁੰਦੀ ਹੈ, ਅਤੇ ਉਸ ਕੰਮ 'ਤੇ ਹੈ। ਅਤੇ ਇਸ ਲਈ ਅੱਜ ਇਸ ਕੁੜੀ ਨੇ ਕਿਤੇ ਨਾ ਕਿਤੇ ਉਸ ਕਹਾਵਤ ਨੂੰ ਵੀ ਝੁਟਲਾ ਦਿੱਤਾ, ਉਸ ਜਿਹੜੀ ਗਲਤ ਫਹਿਮੀ ਨੂੰ ਵੀ ਝੁਟਲਾ ਦਿੱਤਾ ਕਿ ਪੰਜਾਬ ਦੇ ਜਿਹੜੇ ਯੁਵਾ ਹੈਗੇ ਆ ਉਹ ਮਿਹਨਤ ਕਸ਼ ਨਹੀਂ ਹੈਗੇ। ਆਓ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਸਰ। ਤੁਹਾਡਾ ਨਾਮ ਕੀ ਹੈ ਮੈਡਮ ਜੀ? ਹਰਮਨਜੋਤ ਕੌਰ। ਹਰਮਨ ਜੀ, ਸਾਨੂੰ ਬੜੀ ਖੁਸ਼ੀ ਹੋਈ, ਤੁਸੀਂ ਕੀ ਕੰਮ ਕਰਦੇ ਹੋ ਸਾਨੂੰ ਦੱਸੋਗੇ ਜਰਾ? ਮੈਂ GDS ਹਾਂ, ਲੁਧਿਆਣਾ ਪੋਸਟ ਆਫਿਸ। GDS ਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ? ਗ੍ਰਾਮੀਣ ਡਾਕ ਸੇਵਕ। ਅੱਛਾ ਜੀ, ਤੇ ਕੀ ਕੰਮ ਕਰਦੇ ਹੋ ਉਹਦੇ ਵਿੱਚ? ਮੇਰਾ ਫੀਲਡ ਵਰਕ ਹੈ, ਮਤਲਬ ਐਜ ਅ ਪੋਸਟਮੈਨ ਜਿਵੇਂ ਹੁੰਦਾ, ਤੇ ਮੇਰੀ ਜੋ ਪੋਸਟਿੰਗ ਹੋਈ ਹੈ ਉਹ GDS ਹੋਈ ਹੈ। ਅਤੇ ਮੇਰਾ ਇਹ ਫੀਡਬੈਕ ਹੁੰਦਾ ਜਿਵੇਂ ਪੋਸਟਮੈਨ ਮੇਰਾ ਫਿਰੋਜ਼ ਗਾਂਧੀ ਮਾਰਕੀਟ ਏਰੀਆ ਲੁਧਿਆਣੇ ਵਿੱਚ, ਅਤੇ ਮੈਨੂੰ ਉੱਥੇ ਲੈਟਰਸ ਡਿਲੀਵਰ ਕਰਨੀਆਂ ਨੇ। ਐਂਡ ਤੁਸੀਂ ਕਿੰਨਾ ਪੜ੍ਹੇ ਲਿਖੇ ਹੈਗੇ ਹੋ? ਮੇਰੀ BSC ਕਰ ਰਹੀ ਮੈਂ, BSC ਫਾਈਨਲ ਈਅਰ, ਅਤੇ ਹਜੇ ਐਗਜ਼ਾਮਸ ਹੋਣੇ ਨੇ ਮੇਰੇ। ਅਤੇ ਤੁਹਾਨੂੰ ਇਹ ਜੋਬ ਕਿੱਦਾਂ ਮਿਲੀ? ਇਹ ਨਾ ਪੋਸਟ ਨਿਕਲੀਆਂ ਸੀਗੀਆਂ GDS ਦੀਆਂ, ਜੋ ਪੋਸਟ ਆਫਿਸ ਦੀ ਨਿਕਲੀਆਂ ਸੀ, BPM ਔਰ ABPM, ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ। ਅਤੇ ਇਹ ਮੇਰੀ ਉਸ 10th ਬੇਸ 'ਤੇ ਮੇਰੀ ਮੈਰਿਟ ਲਿਸਟ ਬਣੀ ਸੀਗੀ, ਜਿਹੜੀ ਵੈਕੈਂਸੀਜ਼ ਨਿਕਲੀਆਂ ਸੀਗੀਆਂ, ਅਤੇ ਉੱਥੋਂ ਮੈਰਿਟ ਲਿਸਟ ਜਨਰੇਟ ਹੋਈ ਸੀ, ਹੁਣ ਮੇਰੀ ਉਹ 'ਚ ਜੁਆਇਨਿੰਗ ਹੋਈ, ਅਪੁਆਇੰਟਮੈਂਟ ਹੋਈ ਸੀ। ਅਤੇ ਤੁਸੀਂ ਐਜ ਏ ਲੜਕੀ ਹੈਗੇ ਹੋ, ਔਰ ਸ਼ਾਇਦ ਤੁਹਾਡੀ ਜੇ ਅਸੀਂ ਉਮਰ ਦੀ ਗੱਲ ਕਰੀਏ ਵੀ 21 ਸਾਲ ਦੀ ਉਮਰ ਹੋਏਗੀ, ਤੁਹਾਨੂੰ ਹੈਜੀਟੇਸ਼ਨ ਨਹੀਂ ਹੋਇਆ ਐਜ ਏ ਲੜਕੀ ਹੋ ਕੇ ਕਿ ਮੈਂ ਇੱਦਾਂ ਹਰੇਕ ਦੇ ਡੋਰ ਟੂ ਡੋਰ ਜਾ ਕੇ ਇਹ ਡਾਕ ਦੇਵਾਂਗੀ? ਅਤੇ ਤੁਹਾਨੂੰ ਇੱਦਾਂ ਕਿੱਦਾਂ ਤੁਸੀਂ ਇਹ ਕੰਮ ਨੂੰ ਅਡੋਪਟ ਕੀਤਾ? ਵੈਸੇ ਅੱਜ ਕੱਲ੍ਹ ਦਾ ਜੋ ਹੈਗਾ ਵਾ ਕੰਪੀਟੀਸ਼ਨ ਪੂਰਾ ਬਹੁਤ ਵਧੀਆ ਹੋਇਆ ਹੈ, ਅਤੇ ਕੁੜੀਆਂ ਵੀ ਮੁੰਡਿਆਂ ਤੋਂ ਘੱਟ ਹੈ ਨਹੀਂ, ਅਤੇ ਜਿਵੇਂ ਹੁਣ ਕੁੜੀਆਂ ਹਰ ਫੀਲਡ 'ਚ ਅੱਗੇ ਨੇ, ਸਟੱਡੀ ਦੇ ਵਿੱਚ ਵੀ, ਸਪੋਰਟਸ ਸਭ ਹੈਗਾ, ਅਤੇ ਇਹ ਥੋੜ੍ਹਾ ਹੈ ਮਤਲਬ ਸਟਾਰਟਿੰਗ ਜੋ ਹੈ ਫਸਟ ਟਾਈਮ ਅਗਰ ਆਪਾਂ ਦੇਖਦੇ ਹਾਂ ਤਾਂ ਥੋੜ੍ਹਾ ਔਖਾ ਹੁੰਦਾ ਹੈ, ਹੈਜੀਟੇਸ਼ਨ ਹੋਈ ਸੀ, ਬਟ ਸਪੋਰਟ ਕਰਨ ਵਾਲੇ ਸੀਗੇ, ਉਹਨਾਂ ਨੇ ਬਹੁਤ ਸਪੋਰਟ ਕੀਤਾ, ਫੈਮਿਲੀ ਨੇ, ਨਾਲ ਦੇ ਇੰਪਲੋਈਜ਼ ਨੇ, ਸਾਰਿਆਂ ਨੇ ਜਿਨ੍ਹਾਂ ਨੇ ਟ੍ਰੇਨਿੰਗ ਦਿੱਤੀ ਮੈਨੂੰ, ਸਭ ਨੇ ਬਹੁਤ ਸਪੋਰਟ ਕੀਤਾ। ਅਤੇ ਬਾਕੀ ਕੰਮ ਤਾਂ ਇੱਦਾਂ ਕੋਈ ਛੋਟਾ ਵੱਡਾ ਹੁੰਦਾ ਨਹੀਂ, ਅਤੇ ਬਸ ਸਪੋਰਟ ਕਰਨ। ਜਿਹੜਾ ਇਹਦੇ ਵਿੱਚ ਜਿਵੇਂ ਹੁਣ ਤੁਸੀਂ, ਤੁਹਾਨੂੰ ਜਦੋਂ ਤੁਸੀਂ ਅਪਲਾਈ ਕੀਤਾ ਸੀ ਇਸ ਜੋਬ ਲਈ, ਕੀ ਤੁਹਾਨੂੰ ਪਤਾ ਸੀ ਤੁਹਾਨੂੰ ਇੱਦਾਂ ਡੋਰ ਟੂ ਡੋਰ ਜਾ ਕੇ ਕਰਨਾ ਹੈ ਜਾਂ ਬਾਅਦ 'ਚੋਂ ਪਤਾ ਲੱਗਿਆ? ਨਹੀਂ, ਪਤਾ ਨਹੀਂ ਸੀਗਾ ਪੂਰਾ, ਐਗਜੈਕਟ ਨਹੀਂ ਪਤਾ ਸੀ, ਕਲੀਅਰ ਨਹੀਂ ਸੀ, ਕਿਉਂਕਿ ਸਭ ਦੀ ਸੋਚ ਜਿਵੇਂ ਮੇਰੀ ਵੀ ਪਹਿਲਾਂ ਇਸ ਫੈਮਿਲੀ ਦੀ ਵੀ ਕਿ ਨਹੀਂ ਕੁੜੀਆਂ ਨਹੀਂ ਹੁੰਦੀਆਂ ਹੈਗੀਆਂ ਪੋਸਟਮੈਨ, ਬਟ ਆ ਕੇ ਮਾਹੌਲ ਦਾ ਜਦੋਂ ਅੰਦਰ ਮੈਂ ਪੂਰਾ ਦੇਖਿਆ ਪੂਰਾ, ਅਤੇ ਫਿਰ ਪਤਾ ਲੱਗਦਾ ਕਿ ਨਹੀਂ,
ਕੁੜੀਆਂ ਹਰ ਫੀਲਡ 'ਚ ਅੱਗੇ ਨੇ, ਹੋਰ ਵੀ ਨਾਲ ਦੀ ਇੰਪਲੋਈਜ਼ ਨੇ ਸਾਰੀਆਂ, ਉਹਨਾਂ ਨੇ ਵੀ ਬਹੁਤ ਮੈਨੂੰ ਮੋਟੀਵੇਟ ਕੀਤਾ। ਤੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਡੀ ਤਰ੍ਹਾਂ ਹੋਰ ਵੀ ਕੁਝ ਲੜਕੀਆਂ ਹੈਗੀਆਂ ਜਿਹੜਾ ਇਹੀ ਪੋਸਟ ਆਫਿਸ ਡਾਕੀਆ ਦਾ ਕੰਮ ਕਰ ਰਹੀਆਂ? ਹਾਂਜੀ, ਉੱਦਾਂ ਵੀ ਸਿਟਿੰਗ ਜੋਬ ਵੀ, ਵੈਸੇ ਅਗਰ ਕੁੜੀਆਂ ਲਈ ਕਹਿੰਦੇ ਆ ਕਿ ਸਿਟਿੰਗ ਜੋਬ, ਬਟ ਨਹੀਂ, ਫੀਲਡ 'ਚ ਵੀ ਕੁੜੀਆਂ ਹੈਗੀਆਂ ਨੇ ਅੱਗੇ ਨੇ। ਅਤੇ ਮੇਰੇ ਨਾਲ ਹੋਰ ਵੀ ਜਿਨ੍ਹਾਂ ਦੀ ਜੁਆਇਨਿੰਗ ਹੋਈ ਸੀ, ਅਸੀਂ ਸੀ 5-6 ਕੁੜੀਆਂ ਸੀਗੀਆਂ ਅਸੀਂ GDS, ਅਤੇ ਮੇਰੇ ਨਾਲ ਹੋਰ ਇੰਪਲੋਈਜ਼ ਨੇ, ਉਹ ਵੀ ਪੋਸਟਮੈਨ ਨੇ, ਗਰਲਜ਼ ਨੇ, ਅਤੇ ਸਾਰੀ ਉਹ ਵੀ ਬਹੁਤ ਮਿਹਨਤੀ ਨੇ, ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਅੱਜ ਕੱਲ੍ਹ, ਅਤੇ ਮੁੰਡਿਆਂ ਤੋਂ ਵੱਧ ਕੇ ਹੀ ਸਗੋਂ ਬਹੁਤ ਵਧੀਆ ਕਰਦੀਆਂ ਨੇ। ਅਤੇ ਤੁਸੀਂ ਇਸ ਤੋਂ ਇਲਾਵਾ ਹੋਰ ਆਪਣੀ ਐਜੂਕੇਸ਼ਨ 'ਚ ਹੋਰ ਅੱਗੇ ਕੀ ਕਰ ਰਹੇ ਹੋ? ਮੇਰੀ BSc ਕੰਪਲੀਟ ਹੋਣ ਵਾਲੀ, ਬਸ ਉਸ ਤੋਂ ਬਾਅਦ ਅੱਗੇ ਫਰਦਰ ਸਟੱਡੀਜ਼, ਜਿਵੇਂ ਮੈਨੂੰ ਸਭ ਨੇ ਹੀ ਰਿਕਮੈਂਡ ਕੀਤਾ ਕਿ ਫਰਦਰ ਸਟੱਡੀਜ਼ ਕਰੂੰਗੀ, ਅਤੇ ਜੋ ਡਿਪਾਰਟਮੈਂਟ ਦੇ ਇਗਜ਼ਾਮਸ ਹੋਣੇ ਨੇ ਅੱਗੇ, ਜਾਂ ਫਿਰ ਹੋਰ ਵੀ ਇੱਕ ਵਾਰੀ ਫੀਲਡ 'ਚ ਆਪਾਂ ਜਦੋਂ ਇਸ ਜੋ ਵੀ ਜੋਬ ਆ, ਅਤੇ ਇਹਦੇ ਰਿਲੇਟਡ ਹੋਰ ਵੀ ਮੈਨੂੰ ਇਗਜ਼ਾਮਸ ਵਗੈਰਾ ਹੋਣਗੇ ਤਾਂ ਉਹ ਪਤਾ ਲੱਗਦਾ ਰਹੇਗਾ, ਹੋਰ ਵੀ ਜਿਵੇਂ ਪੇਪਰ ਵਗੈਰਾ ਹੁੰਦੇ ਨੇ। ਤੁਹਾਨੂੰ ਮਤਲਬ ਅੱਗੇ ਡਿਪਾਰਟਮੈਂਟ 'ਚ ਹੋਰ ਸੀਨੀਅਰ ਪੋਸਟ 'ਤੇ ਜਾਣ ਦਾ ਮੌਕਾ ਮਿਲੇਗਾ। ਅਤੇ ਇੱਕ ਹੋਰ ਦੱਸੋ, ਤੁਹਾਡੇ ਫੈਮਿਲੀ ਵਾਲੇ ਕੀ ਕਰਦੇ ਹੈਗੇ, ਉਹਨਾਂ ਨੇ ਤੁਹਾਨੂੰ ਕਿੱਦਾਂ ਸਪੋਰਟ ਕੀਤੀ ਇਹਦੇ ਵਿੱਚ? ਫੈਮਿਲੀ ਜਿਵੇਂ ਮੇਰੇ ਫਾਦਰ ਮੇਰੇ ਬਿਜ਼ਨਸਮੈਨ ਨੇ, ਘਰੇ ਫੈਕਟਰੀ ਹੈ ਸਾਡੀ, ਅਤੇ ਮੇਰੇ ਨਾਲ ਚਾਚਾ ਜੀ ਕੰਮ ਕਰਦੇ ਨੇ, ਅਤੇ ਮੇਰੇ ਜਿਹੜੇ ਛੋਟੇ ਚਾਚਾ ਜੀ ਨੇ ਉਹ ਜੋਬ ਕਰਦੇ ਨੇ, ਤਾਂ ਕਹਿ ਲਓ ਕਿ ਫੈਮਿਲੀ 'ਚ ਇੱਦਾਂ ਸਭ ਤੋਂ ਬ੍ਰਦਰ ਸਿਸਟਰ 'ਚ ਵੀ ਵੱਡੀ ਮੈਂ ਆ। ਅਤੇ ਜੋਬ ਦਾ ਸਾਡੇ ਇੱਥੇ ਕੋਈ ਸੀ ਨਹੀਂ ਕੋਈ ਖਾਸ, ਕਿ ਜਾਂ ਫਿਰ ਕੋਈ ਗਵਰਨਮੈਂਟ ਇੰਪਲੋਈ ਹੋਵੇ, ਅਤੇ ਸ਼ੁਰੂ ਤੋਂ ਹੀ ਪੇਰੈਂਟਸ ਨੇ ਸਪੋਰਟ ਕੀਤਾ ਕਿ ਹਾਂ ਕਹਿ ਲਓ ਨੋਰਮਲ ਇਹਨੇ ਐਜ਼ ਏ ਕਿ ਨਹੀਂ, ਉਹਨਾਂ ਨੇ ਜੋਬ ਲਈ ਤਾਂ ਸਪੋਰਟ ਕੀਤਾ ਕਿ ਉਹਨਾਂ ਨੇ ਇਹ ਨਹੀਂ ਇਤਰਾਜ਼ ਦਿੱਤਾ ਕਿ ਤੂੰ ਕੁੜੀ ਹੈ ਤੂੰ ਇੱਦਾਂ ਡੋਰ ਟੂ ਡੋਰ ਜਾ ਕੇ ਡਾਕੀਏ ਦਾ ਕੰਮ ਨਹੀਂ ਕਰਨਾ? ਨਹੀਂ ਨਹੀਂ ਕੀਤਾ। ਨਹੀਂ? ਚਲੋ ਅੱਛੀ, ਬਹੁਤ ਸਾਨੂੰ ਖੁਸ਼ੀ ਹੋਈ। ਅਤੇ ਇੱਕ ਇਹਦੇ ਵਿੱਚ ਹੋਰ ਦੱਸੋ, ਜਿਹੜੇ ਕੁਲੀਗਸ ਹੈਗੀਆਂ ਤੁਹਾਡੇ, ਹੋਰ ਵੀ ਜਿਹੜੀ ਤੁਹਾਡੀ ਏਜ ਦੀ ਕੁਲੀਗਸ ਹੈਗੀਆਂ, ਅਤੇ ਤੁਸੀਂ ਇਹ ਸਾਰਿਆਂ ਨੇ ਕਦੀ ਸੋਚਿਆ ਸੀਗਾ ਜਦੋਂ ਬਚਪਨ 'ਚ ਬੰਦਾ ਪੜ੍ਹਦਾ, ਬੰਦਾ ਇਹ ਸੋਚਦਾ ਕਿ ਮੈਂ ਡਾਕਟਰ ਬਣਾਂਗਾ, ਮੈਂ ਇੰਜੀਨੀਅਰ ਬਣਾਂਗਾ, ਮੈਂ ਐਡਵੋਕੇਟ ਬਣਾਂਗਾ, ਅੱਜ ਤੁਸੀਂ ਇੱਕ ਡਾਕੀਆ ਹੋ, ਲੋਕਾਂ ਦੇ ਮੈਸੇਜਸ ਉਹਨਾਂ ਤੱਕ ਪਹੁੰਚਾਉਂਦੇ, ਉਹਨਾਂ ਦੀ ਚਿੱਠੀਆਂ ਤਾਰ ਅਰਜੈਂਟ, ਤੇ ਤੁਹਾਨੂੰ ਅੱਜ ਕਿੱਦਾਂ ਫੀਲ ਹੋ ਰਿਹਾ ਜੇ ਡਾਕੀਆ? ਤੁਹਾਨੂੰ ਇੱਕ ਮਹੀਨਾ ਹੋ ਗਿਆ ਸ਼ਾਇਦ ਕੰਮ ਕਰਦੇ, ਤੇ ਇੱਕ ਮਹੀਨਾ ਤੁਸੀਂ ਹੁਣ ਕੰਮ ਕਰ ਲਿਆ, ਅੱਜ ਤੁਹਾਨੂੰ ਕੀ ਫੀਲ ਹੋ ਰਿਹਾ ਕਿ ਇਸ ਲਾਈਫ ਦਾ ਮੈਂ ਗਲਤ ਡਿਸੀਜਨ ਤਾਂ ਨਹੀਂ ਲੈ ਲਿਆ, ਮੈਂ ਚੰਗਾ ਲਿੱਤਾ, ਕੀ ਲੱਗ ਰਿਹਾ ਤੁਹਾਨੂੰ? ਜਿਹੜਾ ਮੇਰਾ ਏਮ ਸੀ ਉਹ ਤਾਂ ਸੀ ਕਿ ਹਾਂ ਮੈਂ ਟੀਚਰ ਬਣਾ, ਬਟ ਮੇਰੀ ਜਿਵੇਂ ਕਹਿ ਲਓ ਏਜ ਆ, ਮੇਰੀ ਸਟੱਡੀ ਜੇ ਚੱਲ ਰਹੀ, ਤਾਂ ਮੈਨੂੰ ਨਹੀਂ ਲੱਗਦਾ ਕਿ ਏਮ ਜੋ ਡ੍ਰੀਮਸ ਨੇ ਜੋ ਵੀ ਨੇ ਪੂਰੇ ਨਹੀਂ ਹੋ ਸਕਦੇ। ਅਤੇ ਫਿਲਹਾਲ ਇਹ ਸੋਚਿਆ ਵਾ ਕਿ ਜੋ ਵੀ ਮੈਨੂੰ ਫੀਲਡ ਮਿਲੀ ਹੈ, ਜੋ ਵੀ ਮੈਨੂੰ ਓਪਰਚੁਨਿਟੀ ਮਿਲੀ ਹੈ, ਇਹਦੇ ਵਿੱਚ ਮੈਂ ਆਪਣਾ ਜਿੰਨਾ ਬੈਸਟ ਹੋ ਸਕਦਾ ਕਰੂੰਗੀ, ਅਤੇ ਜਿਵੇਂ ਮੈਨੂੰ ਮੌਕਾ ਮਿਲਿਆ ਹੈ ਤਾਂ ਜ਼ਰੂਰ, ਅਤੇ ਅੱਗੇ ਦੀ ਮੈਂ ਫਰਦਰ ਆਪਣੀ ਸਟੱਡੀਜ਼ ਕੰਪਲੀਟ ਕਰਕੇ, ਅਤੇ ਉਸ ਤੋਂ ਬਾਅਦ ਜ਼ਰੂਰ ਜਿਹੜੀ ਮੇਰੀ ਡ੍ਰੀਮ ਜੋਬ ਉਹ ਵੀ ਕਰੂੰਗੀ। ਅਤੇ ਇੱਕ ਚੀਜ਼ ਹੁਣ ਜਿਵੇਂ ਕੋਵਿਡ ਚੱਲ ਰਿਹਾ, ਕਰੋਨਾ ਚੱਲ ਰਿਹਾ, ਅਤੇ ਕਰੋਨਾ ਦੇ ਵਿੱਚ ਤੁਸੀਂ ਕਿੱਦਾਂ ਤੁਸੀਂ ਉਹਨੂੰ ਸੁਨਿਸ਼ਚਿਤ ਬਣਾਉਂਦੇ ਹੋ ਕਿ ਤੁਸੀਂ ਕਿਸੇ ਦੇ ਵੀ ਡਾਕ ਦੇਣ ਜਾਂਦੇ ਹੋ ਜਾਂ ਇਹ ਚੀਜ਼ਾਂ ਜਾਂਦੇ ਹੋ, ਤਾਂ ਕਿੱਦਾਂ ਤੁਹਾਨੂੰ ਇਹਨੂੰ ਕਿਹੜੀ ਕਿਹੜੀ ਸਾਵਧਾਨੀਆਂ ਲੈਂਦੇ ਹੋ? ਪਹਿਲਾਂ ਜਿੱਥੋਂ ਸਟਾਰਟਿੰਗ ਹੁੰਦੀ ਹੈ ਪੋਸਟ ਆਫਿਸ ਤੋਂ, ਕਿ ਅਸੀਂ ਪੂਰਾ ਉੱਥੇ ਆਪਣਾ ਆਪਣੇ ਆਪ ਨੂੰ ਵੀ ਬਚਾਅ ਰੱਖਣਾ ਵਾ, ਅਤੇ ਸੈਨੇਟਾਈਜ਼ ਕਰਦੇ ਹਾਂ, ਔਰ ਹਰੇਕ ਆਫਿਸ ਜਾਣ ਤੋਂ ਪਹਿਲਾਂ ਪਰਸਨਲ ਸੈਨੇਟਾਈਜ਼ ਵੀ ਰੱਖਿਆ ਹੋਇਆ ਸੀ ਕੋਲ, ਅਤੇ ਉੱਥੇ ਵੀ ਪੂਰਾ ਜਿਵੇਂ ਕਹਿ ਲਓ ਕਿ ਉਹਨਾਂ ਦੀ ਜੋ ਗਾਈਡੈਂਸ ਨੇ ਉਹਨਾਂ ਨੂੰ ਵੀ ਫੋਲੋ ਕਰਦੇ ਹਾਂ ਕਿ ਸੈਨੇਟਾਈਜ਼ ਕਰਕੇ ਆਪਣੇ ਹੱਥ ਟੈਂਪਰੇਚਰ ਚੈੱਕ ਕਰਵਾ ਕੇ ਪ੍ਰੋਪਰ, ਤਾਂ ਜਿੰਨਾ ਕੁ ਆਪਾਂ ਆਪਣੇ ਵੱਲੋਂ ਕਰ ਸਕਦੇ ਹਾਂ ਉਹਨਾਂ ਕਰਦੇ ਹਾਂ, ਧਿਆਨ ਰੱਖਿਆ ਜਾਂਦਾ ਹੈ। ਅਤੇ ਪਿੱਛੋਂ ਦੀ ਲੋਕਡਾਊਨ ਕਰਕੇ ਥੋੜ੍ਹਾ ਹੋ ਰਿਹਾ ਕਿ ਲੈਟਰਸ ਵਗੈਰਾ ਔਖਾ ਹੋ ਰਿਹਾ ਲੋਕਾਂ ਨੂੰ ਵੀ ਹੋ ਰਿਹਾ, ਅਤੇ ਉਹ ਜਲਦੀ ਤੋਂ ਜਲਦੀ ਠੀਕ ਹੋਵੇ ਤਾਂ ਵਧੀਆ। ਅਤੇ ਇੱਕ ਮੈਮ ਤੁਹਾਨੂੰ ਕੋਈ ਕਿਸੇ ਤਰੀਕੇ ਦੀ, ਚਲੋ ਇਹ ਤਾਂ ਸਾਰੀਆਂ ਬਹੁਤ ਵਧੀਆ ਗੱਲਾਂ ਹੋਈਆਂ, ਕੋਈ ਐਜ਼ ਏ ਕਿਸੇ ਤਰੀਕੇ ਦੀ ਕੋਈ ਸਮੱਸਿਆ ਵੀ ਆ ਰਹੀ ਹੈ ਤੁਹਾਨੂੰ? ਸਮੱਸਿਆ ਹੈ ਕਿ ਸ਼ੁਰੂ ਸ਼ੁਰੂ 'ਚ ਤਾਂ ਕੋਈ ਵੀ ਕੰਮ ਆਪਾਂ ਕਰਦੇ ਹਾਂ ਤਾਂ ਥੋੜ੍ਹਾ ਡਿਫੀਕਲਟ ਲੱਗਦਾ, ਅਤੇ ਬਰਡਨ ਕਹਿ ਲਓ ਕਿ ਥੋੜ੍ਹਾ ਜਿਹਾ ਫੀਲ ਹੁੰਦਾ, ਬਟ ਸਾਰੇ ਬਹੁਤ ਹੈਲਪਫੁਲ ਨੇ, ਤਾਂ ਬਹੁਤ ਮੇਰੇ ਨਾਲ ਦੇ ਜਿਹੜੇ ਕੁਲੀਗ ਨੇ ਅਤੇ ਹੈਲਪ ਕਰਦੇ ਨੇ, ਜਾਂ ਫਿਰ ਕਹਿ ਸਕਦੇ ਹਾਂ ਕਿ। ਅਤੇ ਤੁਸੀਂ ਜਿਵੇਂ ਤੁਹਾਡੀ ਜਿਹੜਾ ਜੋਬ ਦਾ ਟਾਈਮ ਹੈ ਇਹ ਕਿੰਨੇ ਤੋਂ ਕਿੰਨੇ ਹੈਗਾ, ਅਤੇ ਤੁਸੀਂ ਕਿਵੇਂ ਫਿਰ ਮੂਵ ਕਰਦੇ ਹੋ ਬਾਜ਼ਾਰ 'ਚ? GDS ਦੀ ਜੋ ਟਾਈਮਿੰਗ ਔਰ ਉਹ ਹੈਗੀ ਆ 8-1, ਅਤੇ ਉਸ ਤੋਂ ਬਾਅਦ ਔਫਿਸ ਪਹੁੰਚ ਕੇ ਆਪਣਾ ਪੂਰਾ ਕੰਮ ਵਗੈਰਾ ਕਰਕੇ ਸਾਰੀ ਲੈਟਰਸ ਰਿਸੀਵ ਕਰਕੇ ਅਸੀਂ, ਅਤੇ ਉਸ ਤੋਂ ਬਾਅਦ ਡਿਲੀਵਰ ਕਰਨੀਆਂ ਹੁੰਦੀਆਂ ਨੇ ਔਫਿਸ ਵਗੈਰਾ 'ਚ, ਫਿਰ ਉਸ ਗਾਂਧੀ ਮਾਰਕੀਟ ਬੈਂਕ ਵਗੈਰਾ 'ਚ। ਅਤੇ ਕਿੱਦਾਂ ਤੁਸੀਂ ਉਹਨੂੰ ਕੈਰੀ ਕਿੱਦਾਂ ਕਰਦੇ ਹੋ, ਜਿਹੜੀ ਜਿਹੜੀ ਡਾਕ ਹੁੰਦੀ ਹੈ ਉਹਨੂੰ ਕਿੱਦਾਂ ਲੈ ਕੇ ਜਾਂਦੇ ਹੋ?
ਉਹ ਮੇਰੇ ਬੈਗ ਦੇ ਵਿੱਚ ਹੈ ਐਕਟਿਵਾ ਦੇ ਵਿੱਚ। ਅੱਛਾ, ਇਹ ਤੁਹਾਨੂੰ ਉੱਥੋਂ ਪੋਸਟ ਆਫਿਸ ਤੋਂ ਬੈਗ ਮਿਲਦਾ ਹੈ ਜਾਂ ਆਪਣਾ ਵਾਲਾ? ਨਹੀਂ, GDS ਜੋ ਹੈ ਨਾ ਪੋਸਟਮੈਨ ਤੋਂ ਛੋਟੀ ਜਿਹੜੀ ਹੈਗੀ ਹੈ, ਤੇ ਅੱਛਾ GDS ਨੂੰ ਇੰਨੀ ਕਹਿ ਲਓ ਕਿ ਡਰੈਸ ਹੁੰਦੀ ਹੈ ਜੋ ਪੋਸਟਮੈਨ ਦੀ, ਅੱਛਾ, ਔਰ ਜੋ ਬੈਗ ਵਗੈਰਾ ਹੁੰਦਾ ਉਹ ਸਾਨੂੰ ਮਿਲਦਾ ਨਹੀਂ ਹੈ, ਉਹ ਪੋਸਟਮੈਨ ਨੂੰ ਮਿਲਦਾ। ਤਾਂ ਫਿਰ ਇਹ ਤਾਂ ਮੇਰੇ ਇਹ ਮਤਲਬ ਜੂਨੀਅਰ ਪੋਸਟਮੈਨ ਹੁੰਦੇ ਆ? ਹਾਂਜੀ, ਜੂਨੀਅਰ ਪੋਸਟਮੈਨ ਕਹਿ ਸਕਦੇ ਹਾਂ। ਅੱਛਾ, ਪਰ ਜੇ ਜੂਨੀਅਰ ਪੋਸਟਮੈਨ ਇੰਨੇ ਵਧੀਆ ਹੁੰਦੇ, ਇੰਨੇ ਪੜ੍ਹੇ ਲਿਖੇ ਹਾਈਟੈਕ ਹੁੰਦੇ, ਤਾਂ ਅਸੀਂ ਸਲੂਟ ਕਰਦੇ ਹਾਂ ਇਹੋ ਜਿਹੇ ਜੂਨੀਅਰ ਪੋਸਟਮੈਨ ਨੂੰ, ਤੇ ਕਿਉਂਕਿ ਅਸੀਂ ਵੀ ਦੇਖਣਾ ਚਾਹੁੰਦੇ। ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਇੱਦਾਂ ਦੇਖਦੇ ਹੋਏ, ਔਰ ਤੁਸੀਂ ਬਹੁਤ ਸਾਰੀ ਕੁੜੀਆਂ ਨੂੰ, ਮਹਿਲਾਵਾਂ ਨੂੰ ਇੱਕ ਨਵਾਂ ਜਜ਼ਬਾ ਦਿੱਤਾ ਕਿ ਇਹ ਚੀਜ਼ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਕੰਮ ਬਹੁਤ ਵਧੀਆ ਹੈਗਾ। ਔਰ ਅਸੀਂ ਦਿਲੋਂ ਤੁਹਾਨੂੰ ਬੈਸਟ ਵਿਸ਼ੇਸ ਦਿੰਦੇ ਹਾਂ ਕਿ ਤੁਸੀਂ ਜਿਹੜਾ ਇਹ ਕੰਮ ਕੀਤਾ, ਤੁਹਾਡੇ ਤੋਂ ਹੋਰ ਬੜੀਆਂ ਕੁੜੀਆਂ ਇਹਨੂੰ ਸਿੱਖ ਲੈਂਦੇ ਹੋਏ ਇਹ ਕੰਮ ਅੱਗੇ ਵੀ ਕਰਨਗੀਆਂ। ਅਤੇ ਧੰਨਵਾਦ, ਇਹੀ ਚੀਜ਼ਾਂ ਦੇਖਦੇ ਰਹੋ, ਬਣੇ ਰਹੋ।